ਹੈਲੋ, ਮੈਂ ਜੀ ਹੁਸ਼ਿਆਰਪੁਰ ਦੇ ਕੋਲ ਪਿੰਡ ਸੀਨਾ ਪੈਂਦਾ, ਇੱਥੇ ਸਾਡੇ ਕਲੀਗ ਨੇ ਭਾਅ ਜੀ ਹੁਣੀ ਸ਼੍ਰੀ ਤਰਲੋਕ ਸਿੰਘ ਹੁਣੀ, ਇਹ ਰੇਨਾਟਸ ਵੈਲਨੈਸ 'ਤੇ ਇਹਨਾਂ ਨੇ ਕੈਪਸੂਲ ਯੂਜ਼ ਕੀਤੇ ਸੀਗੇ ਔਰ ਇਹਨਾਂ ਨੂੰ ਕੈਪਸੂਲ ਖਾਂਦਿਆਂ ਤਕਰੀਬਨ 1.5-2 ਮਹੀਨੇ ਹੋ ਗਏ ਨੇ ਔਰ ਇਹਨਾਂ ਨੂੰ ਕੈਪਸੂਲ ਨੇ ਕੀ ਰਿਜ਼ਲਟ ਦਿੱਤਾ ਹੈਗਾ ਇਹ ਆਪ ਹੀ ਤੁਹਾਨੂੰ ਬਿਆਨ ਕਰਕੇ ਦੱਸਣਗੇ। ਹਾਂਜੀ ਭਾਅ ਜੀ, ਤੁਸੀਂ ਇਹਦੇ ਬਾਰੇ ਦੱਸੋ ਕੁਛ ਕੈਪਸੂਲਾਂ ਬਾਰੇ। ਇਹ ਮੈਨੂੰ ਬਵਾਸੀਰ ਦੀ ਸ਼ਿਕਾਇਤ ਸੀ। ਠੀਕ ਹੈ ਜੀ। ਉਹਨੂੰ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਜਦੋਂ ਦਾ ਮੈਨੂੰ ਸ਼ੁਰੂ ਕੀਤਾ ਮੈਨੂੰ 2.5-3 ਹਫ਼ਤਿਆਂ ਦੇ ਵਿੱਚ ਨਾ ਤਾਂ ਇਹਨੇ ਆਪਦਾ ਕਰਮ ਕਰ ਦਿੱਤਾ ਅਤੇ ਹੁਣ ਮੈਂ ਬਵਾਸੀਰ। ਹੁਣ ਅੱਗੇ ਨਾਲ ਫਰਕ ਹੈ ਜੀ ਕਾਫੀ? ਬਹੁਤ ਜ਼ਿਆਦਾ ਫਰਕ ਹੈ। ਚਲੋ ਵਧੀਆ ਜੀ। ਇਹ ਬਵਾਸੀਰ ਤੋਂ ਇਲਾਵਾ ਹੋਰ ਵੀ ਬੜੀਆਂ ਬਿਮਾਰੀਆਂ 'ਤੇ ਕੰਮ ਕਰਦਾ ਜੀ? ਹਾਂਜੀ ਹਾਂਜੀ, ਕਾਫੀ ਉੱਦਾਂ ਦਾ ਦਰਦਾਂ ਦੋਨਾਂ ਘਟੀਆਂ ਸਰੀਰ। ਬਾਕੀ ਤੁਹਾਡਾ ਕੋਈ ਐਨਰਜੀ ਲੈਵਲ ਜਿਸ ਤਰ੍ਹਾਂ ਕੋ ਥੋੜ੍ਹੀ ਊਰਜਾ ਜਿਹਨੂੰ ਕਹਿੰਦਾ ਸਰੀਰ ਟੁੱਟਦਾ ਭੱਜਦਾ ਸੀਗਾ? ਫਰਕ ਮੈਂ ਕੰਮ ਧੰਦਾ ਕਰਨ ਨੂੰ ਹੁਣ ਕੋਈ ਟੈਨਸ਼ਨ ਨਹੀਂ। ਅੱਗੇ ਮੈਨੂੰ ਉੱਠਣ ਨੂੰ ਕੰਮ ਕਰਨ ਨੂੰ ਬਹੁਤ ਆਲਸ ਪੈਂਦੀ ਸੀਗੀ, ਉਹਨੂੰ ਹੁਣ ਨਹੀਂ ਕੋਈ ਟੈਨਸ਼ਨ, ਕੰਮ ਕਰਨ ਨੂੰ ਮਨ ਕਰਦਾ, ਸਰੀਰ 'ਚ ਐਲਰਜੀ, ਸਰੀਰ ਵਧੀਆ ਰਹਿੰਦਾ। ਹਾਂ, ਇਹ ਸਾਡੇ ਤਰਲੋਕ ਸਿੰਘ ਹੁਣੀ ਹੈਗੇ ਜਿਹਨਾਂ ਨਾਲ ਮੇਰੇ ਕੋਈ 8-10 ਸਾਲ ਤੋਂ ਪੁਰਾਣੇ ਰਿਲੇਸ਼ਨ ਹੈਗੇ ਸੀਗੇ। ਰੇਨਾਟਸ ਵੈਲਨੈਸ ਤਾਂ ਮੈਨੂੰ ਤਾਂ ਫਾਇਦਾ ਹੋਇਆ ਸੀਗਾ ਔਰ ਇਹਨਾਂ ਨੂੰ ਵੀ ਬਹੁਤ ਬਹੁਤ ਫਾਇਦਾ ਹੋਇਆ ਜੀ। ਭਾਅ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਠੀਕ।